ਸਰ ਜੀ ਇੱਦਾਂ ਮਤਲਬ ਕਿ ਇਹ ਕੱਲ੍ਹ ਬੱਚੀ ਨੂੰ ਪੇਰੈਂਟਸ ਮੀਟਿੰਗ ਸੀ, ਪੇਰੈਂਟਸ ਦੇ ਮੀਟਿੰਗ ਦੇ ਦੌਰਾਨ ਇੱਥੇ ਬੱਚੇ ਨੂੰ ਬੁਲਾਇਆ ਗਿਆ। ਉੱਥੇ ਬੱਚਾ ਝੂਲ ਰਿਹਾ ਸੀ, ਝੂਲਣ ਦੇ ਜਿਹੜੀ ਗੱਲ ਆ, ਜਿਹੜਾ ਕਨੈਕਟਰ ਸੀ ਇਹ ਜਿਹੜਾ ਦਸਨਜੋਆ ਕਨੈਕਟਰ, ਇਸ ਨੂੰ ਬੱਚੇ ਨੂੰ ਬਾਥਰੂਮ 'ਚ ਲੈ ਗਿਆ ਜਿੱਥੇ ਬੱਚੇ ਨਾਲ ਹੀ ਗਲਤ ਹਰਕਤ ਕੀਤੀ ਅਤੇ ਰੇਪ ਕੀਤਾ। ਮਤਲਬ ਕਿ ਉਸ ਤੋਂ ਬਾਅਦ ਜਿਹੜੇ ਬੱਚੇ ਦੇ ਮਾਂ ਬਾਪ ਨੇ ਉਹਨੂੰ ਹੋਸਪਿਟਲ 'ਚ ਐਡਮਿਟ ਕਰਾਇਆ ਦਿਖਾਇਆ ਅਤੇ ਉਸ ਤੋਂ ਬਾਅਦ ਉਹਨੂੰ ਕੁਛ ਦਵਾਈਆਂ ਦੇ ਕੇ ਉਹਨੂੰ ਘਰ ਭੇਜ ਦਿੱਤਾ ਗਿਆ। ਅੱਜ ਜਦੋਂ ਲੋਕਾਂ ਦੀ ਸਹਿਮਤੀ ਨਾਲ ਸਿਵਲ ਹਸਪਤਾਲ ਦੇ ਵਿੱਚ ਲਿਆਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਬਲਾਤਕਾਰ ਹੀ ਪਾਇਆ ਗਿਆ। ਹੁਣ ਉਸ ਤੋਂ ਬਾਅਦ ਸ਼ਹਿਰ ਦੇ ਕੀ ਹਾਲਾਤ ਨੇ? ਸ਼ਹਿਰ ਦੇ ਹਾਲਤ ਨੇ ਬਹੁਤ ਨਾਜ਼ੁਕ ਹਾਲਾਤ ਨੇ, ਤੁਸੀਂ ਦੇਖ ਰਹੇ ਹੋ ਜਿਹੜੀ ਗੱਲ ਆ ਥਾਣੇ ਦੇ ਉੱਪਰ, ਜਿਵੇਂ ਲੋਕਾਂ ਨੇ ਜਿਹੜਾ ਧਰਨਾ ਦਿੱਤਾ ਹੈ ਜਿਹਨੂੰ ਲੈ ਕੇ ਕਿ ਇੱਕ ਵਿਅਕਤੀ ਜਿਹੜਾ ਕਾਬੂ ਕਰ ਲਿਆ ਗਿਆ, ਦੋਸ਼ੀ ਜਿਹੜਾ ਕਾਬੂ ਕਰ ਲਿਆ ਗਿਆ। ਲੋਕਾਂ ਦੀ ਇਹ ਮੰਗ ਹੈ ਕਿ ਮੈਨੇਜਮੈਂਟ ਨੂੰ ਹੀ ਗ੍ਰਿਫਤਾਰ ਕੀਤਾ ਜਾਵੇ ਅਤੇ ਪਰਚਾ ਦਰਜ ਕਰਤਾ ਜਾਵੇ। ਜਿਹਨਾਂ ਕਾਰਵਾਈ ਕੀ ਹੋਈ ਹੈ ਹੁਣ ਤੱਕ? ਕਾਰਵਾਈ ਸਿਰਫ ਇੱਕ ਬੰਦੇ 'ਤੇ ਹੀ ਪਰਚਾ ਦਰਜ ਕੀਤਾ ਗਿਆ ਹੈ, ਮੈਨੇਜਮੈਂਟ 'ਤੇ ਕਿਸੇ ਤਰ੍ਹਾਂ ਦਾ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ। ਇੱਥੇ ਅੱਜ ਤੋਂ 8 ਮਹੀਨੇ ਪਹਿਲਾਂ ਇੱਥੇ ਸਾਡੇ ਮਿਸਤਰੀ ਬਰਾਦਰੀ ਦੇ ਨਾਲ ਸੰਬੰਧਿਤ ਕੁੜੀ ਸੀ, ਉਹ ਸਕੂਲੋਂ ਆਈ, 9ਵੀਂ ਦੇ ਵਿੱਚ ਪੜ੍ਹਦੀ ਸੀ, ਆਈ ਉਹ ਸਿੱਧੀ ਜਾ ਕੇ ਬੱਬਣਪੁਰ ਦੀ ਨਹਿਰ ਦੇ ਵਿੱਚ ਸੁਈਸਾਈਡ ਕੀਤਾ। ਸਾਨੂੰ ਇਸ ਗੱਲ ਦਾ ਪੂਰਾ ਖਾਦਸਾ ਵੀ ਉਹ ਕੁੜੀ ਦੇ ਨਾਲ ਵੀ ਕੋਈ ਇਹੋ ਜਿਹੀ ਘਟਨਾ ਵਾਪਰੀ ਹੋਊ ਜਿਹੜਾ ਉਹਨੇ ਕੁੜੀ ਨੇ ਇਹ ਆਪਣੇ ਆਪ ਨੂੰ ਸਟੈਪ ਚੱਕਿਆ। ਸਕੂਲ ਕਿਹੜਾ ਹੈ? ਸਕੂਲ ਸਰਵਹਿਤਕਾਰੀ ਵਿੱਦਿਆ ਮੰਦਿਰ, ਉਹਦੇ ਵਿੱਚ ਅਸੀਂ ਅੱਜ ਵੀ ਕਹਿੰਦੇ ਇਹੋ ਜਿਹੇ ਕਾਂਡ ਬਹੁਤ ਹੋ ਚੁੱਕੇ ਨੇ ਜਿਹੜੇ ਬੱਚੇ ਆਪਣੇ ਆਪ ਨੂੰ ਦਿਵਾਉਣਾ ਚਾਹੁੰਦੇ ਨੇ, ਲੇਕਿਨ ਇਹ ਮੈਨੇਜਮੈਂਟ ਪੂਰਾ ਉਹਨਾਂ 'ਤੇ ਪ੍ਰੈਸ਼ਰ ਪਾ ਕੇ ਬੱਚਿਆਂ ਦੇ ਉੱਪਰ ਉਹਨਾਂ ਨੂੰ ਦਿਵਾਉਣਾ ਚਾਹੁੰਦੀ ਹੈ। ਸ਼ਹਿਰ ਇਹ ਚਾਹੁੰਦਾ ਮੈਨੇਜਮੈਂਟ ਦੇ ਉੱਪਰ ਪਰਚਾ ਹੋਵੇ ਅਤੇ ਜਿਹੜਾ ਦੋਸ਼ੀ ਆ ਉਹਦੇ ਉੱਪਰ ਪਰਚਾ ਹੋਵੇ ਅਤੇ ਨਾਲ ਮੈਨੇਜਮੈਂਟ ਦੇ ਸਕੂਲ ਨੂੰ ਬੰਦ ਕਰਿਆ ਜਾਵੇ ਅਤੇ ਜਿਹੜੇ ਪਿਛਲੇ ਉੱਥੇ ਕਾਂਡ ਹੋਏ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਖੰਗਾਲ ਕੇ ਉਹਨਾਂ ਨੂੰ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਬਹੁਤ ਕਾਂਡ ਹੋਏ ਨੇ, ਬੱਚੇ ਪੜ੍ਹਦੇ ਨੇ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਉਹਨਾਂ ਨੂੰ ਦਵਾ ਕੇ ਉੱਚੇ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਜ਼ਿਆਦਾ ਦਿੱਤੀ ਜਾਂਦੀ ਆ ਜਾਣ ਬੁੱਝ ਕੇ, ਅਤੇ ਨਵੇਂ ਮਤਲਬ ਕਿ ਸਾਡੇ ਬੱਚਿਆਂ ਨਾਲ ਇਹ ਚੀਜ਼ ਹੋਈ ਆ। ਛੋਟਾ ਸਕੂਲ ਲਗਾ ਕੇ 8 ਮਹੀਨੇ ਪਹਿਲਾਂ ਵੀ ਇਹੀ ਹੋ ਕੇ ਡਿਆ, ਇੱਕ ਬੇਟੀ ਨਾਲ 10ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ, ਜਿਹਨੇ ਨਹਿਰ 'ਚ ਛਾਲ ਮਾਰ ਕੇ ਉਹ ਕਰ ਲਿਆ, ਉਹਦੇ ਵੀ ਕੋਈ ਉਹਨਾਂ ਕਾਰਵਾਈ ਨਹੀਂ ਕਰੀ। ਅੰਦਰ ਚੱਲੀਏ ਆਪਾਂ, ਅੰਦਰ ਬੈਠੇ ਨਾ ਜੀ, ਉਹ ਤਾਂ ਦਿਖਾਈ ਨਹੀਂ ਹੈਗੀ, ਉਹ ਤਾਂ ਬਾਰੋ ਵਾਰੀ ਕੰਮ ਹੋਈ ਨਹੀਂ ਤਾਂ ਸਾਂਭ ਕੇ ਰੱਖੀ ਇਹ, ਹਾਂ ਇੱਥੋਂ ਲੈ ਲੂ ਜੇ ਗਿੱਧ ਗਿਆ ਦੇਖ ਲਈ, ਮੈਨੂੰ ਨਹੀਂ ਉੱਥੋਂ ਪੈਣ ਦੇ ਤੈਨੂੰ ਵੀ ਦੇਣਗੇ ਮੈਂ ਤੋਰ ਵਾਲੇ।
ਬਿਨਾਂ ਤਾਰ ਤੋਂ? ਬਿਨਾਂ ਤਾਰ ਵਾਲਾ ਦੇਖ ਲੈਂਦੇ ਪਰਚਾ ਹੋ ਗਿਆ, ਬੰਦਾ ਨੀ ਫੜਿਆ ਗਿਆ, ਤਾਰ ਵਾਲਾ ਪੈਂਦਾ ਬੰਦਾ ਫੜਿਆ ਗਿਆ, ਉਹ ਮੰਨਿਆ ਨੀ, ਮੰਨ ਗਿਆ ਉਹ ਵੀ ਹੋ ਗਿਆ, ਮੈਨੇਜਮੈਂਟ ਹੈ ਉਹਦੇ ਉੱਤੇ ਵੀ ਪਰਚਾ ਦੇ ਦਿੱਤਾ, ਮੈਨੇਜਮੈਂਟ ਤੇ ਰੇਡ ਵੀ ਕਰੀ ਜਾਂਦੇ ਆ, ਫਿਰ ਮੈਨੂੰ ਦੱਸੋ ਤੁਸੀਂ ਹੋਰ ਕੀ ਭਾਲਦੇ ਹੋ, ਅਸੀਂ ਉਹ ਵੀ ਕਰ ਦਾਂਗੇ, ਤੁਹਾਡਾ ਜਿਹੜਾ ਵੀ ਗ੍ਰੀਵੀਅੰਸ ਹੈ ਅਸੀਂ ਤੁਹਾਡੇ ਚੋਂ ਹੀ ਆ, ਜੋ ਕੁੜੀ ਦਾ ਹੋਇਆ ਜਿੰਨਾ ਦੁੱਖ ਤੁਹਾਨੂੰ ਸਾਨੂੰ ਵੀ ਹੈ, ਮੈਨੂੰ ਤੁਸੀਂ ਦੱਸ ਦਿਓ ਹੋਰ ਕਿੱਥੇ ਕਮੀ ਰਹਿ ਗਈ, ਜਿਹੜੀ ਚੀਜ਼ ਤੁਹਾਨੂੰ ਲੱਗਦੀ ਘੱਟ ਹੈ ਅਸੀਂ ਉਹ ਕਰ ਦਿੰਦੇ ਹਾਂ, ਇੱਕ ਅੱਧੀ ਧਾਰਾ ਕਹਿੰਦੇ ਸੀਗੇ ਇੱਥੇ ਹੋਰ ਲਾ ਦਿਓ, 376 ABC ਦੀ ਗੱਲ ਕਰਦੇ ਸੀ ਅਸੀਂ ਉਹ ਵੀ ਐਡ ਕਰਤੀ, ਉਹਦੀ ਉਹਦੇ 'ਚ ਸਜ਼ਾ 20 ਸਾਲ ਹੈ, ਅਸੀਂ ਲਾਈਫ ਇੰਪ੍ਰਿਜ਼ਨਮੈਂਟ ਕਰ ਰੱਖੀ ਸੀਗੀ ਤਾਂ ਉਮਰ, ਪਰ ਅਸੀਂ ਉਹ ਵੀ ਲਾਤੀ, ਮੈਨੂੰ ਹੋਰ ਦੱਸ ਦਿਓ ਕੀ ਕਰਨਾ, ਉਹ ਕਰ ਲੈਂਦੇ ਹਾਂ, ਲੋਕਲ ਵਕੀਲ ਹੈ ਤੁਹਾਡੇ ਹੀ ਹੈ, ਨਹੀਂ ਨਹੀਂ ਚਲੋ ਸੁਣੋ ਸੁਣੋ ਗੱਲ ਦੱਸੋ, ਗੱਲ ਤਾਂ ਤੁਹਾਡੇ ਲੋਕਲ ਵਕੀਲ ਚੀਮਾ ਸਾਹਿਬ ਇਹ ਆ, ਹੋਰ ਤੁਹਾਡੇ ਧੂਰੀ ਦੇ 2-4 ਜਿਹੜੇ ਤੁਹਾਡੇ ਜਾਣ ਪਛਾਣ ਵਾਲੇ ਵਕੀਲ ਹੈਗੇ ਆ, ਵਕੀਲ ਲਾਇਓ, ਜੋ ਲੀਗਲੀ ਚੀਜ਼ ਬਣਦੀ ਆ ਉਹ ਅਸੀਂ 100% ਕਰਾਂਗੇ, ਪਰ ਆਪਾਂ ਹਿੰਦੁਸਤਾਨ ਅਤੇ ਪਾਕਿਸਤਾਨ ਵਾਲੀ ਗੱਲ ਨਾ ਕਰੀਏ, ਆਪਣਾ ਹਿੰਦੁਸਤਾਨ ਜਿਹੜਾ ਨਾ ਕਾਨੂੰਨ ਮੁਤਾਬਕ ਚੱਲਦਾ ਆ, ਜਿਹੜੇ ਬਾਹਰਲੇ ਕੰਟਰੀ ਅਰਬ ਕੰਟਰੀ ਆ ਉਹਨਾਂ ਦੇ ਵਾਲੀਆਂ ਚੀਜ਼ਾਂ ਆਪਾਂ ਅਡੋਪਟ ਨਹੀਂ ਕਰ ਸਕਦੇ, ਉਹ ਅਸੀਂ ਵੀ ਕਾਨੂੰਨ ਦੇ ਬੰਦੇ ਹਾਂ, ਪਰ ਅਸੀਂ ਕੁੜੀ ਨਾਲ ਬੱਚੀ ਨਾਲ ਦੇਵੀ ਨਾਲ ਹੋਇਆ, ਉਹ ਸਾਰਿਆਂ ਦੀਆਂ ਆਪਣੀਆਂ ਧੀਆਂ ਭੈਣਾਂ, ਸਾਰੀਆਂ ਹਰ ਦੀਆਂ ਧੀਆਂ ਭੈਣਾਂ ਬਾਹਰ ਖੇਡਦੀਆਂ, ਮੇਰੀ ਵੀ ਖੇਡਦੀ ਆ, ਦੂਜੇ ਦੀ ਵੀ ਖੇਡਦੀ ਆ, ਇਹਦੀ ਵੀ ਖੇਡਦੀ ਆ, ਆਪਾਂ 24 ਘੰਟੇ ਬੱਚੀ ਦੇ ਨਾਲ ਤਾਂ ਨਹੀਂ ਤੁਰੇ ਫਿਰਦੇ, ਪਰ ਇਹ ਬੰਦੇ ਨੂੰ ਮਾੜੇ ਬੰਦੇ ਨੂੰ ਅਸੀਂ ਹਜੇ ਲਿਖਤ ਪੜ੍ਹਤਾ ਕੀਤੀ ਨਹੀਂ, ਜੱਜ ਦੇ ਪੇਸ਼ ਕਰ ਲਾਂਗੇ, ਜੱਜ ਕੀ ਕਹੋ ਕੀ ਲਿਆ ਕੇ, ਉਹ ਤਾਂ ਪਹਿਲਾਂ ਸਮੇਂ ਲਿਖਤ ਪੜ੍ਹਤਾ ਹੋਊਗੀ ਉਹਦੀ, ਜਿਹਨੇ ਬਿਆਨ ਲਿਖਾਉਣਾ ਸਾਨੂੰ 161 ਦਾ ਬਿਆਨ ਲਿਖਾਓ, 10 ਬੰਦੇ ਲਿਖਾ ਦਿਓ, 20 ਲਿਖਾ ਦਿਓ, 100 ਲਿਖਾਓ, ਨਿਰਭਿਆ ਕਾਂਡ ਜਿਹੜਾ ਹੋਇਆ ਸੀਗਾ 2012 ਦੇ ਵਿੱਚ ਦਿੱਲੀ ਦੇ ਵਿੱਚ, ਉਹ ਮੁਜਰਮਾਂ ਦਾ ਵੀ ਵਕੀਲ ਖੜਾ ਸੀ, ਸਬੂਤ ਉੱਥੇ ਵੀ ਪੇਸ਼ ਕਰਨੇ ਪਏ ਨੇ, ਉਹ ਅਸੀਂ ਸਾਨੂੰ ਸਬੂਤ ਇਕੱਠੇ ਕਰਾਂਗੇ, ਸਭ ਕੁਝ ਕਰਾਂਗੇ, ਤੁਹਾਨੂੰ ਪਤਾ ਬਤਾਇਆ ਹੈ, ਤੁਸੀਂ ਦੇਣੇ ਆ, ਤੁਸੀਂ ਗਵਾਹ ਬਣਨਾ ਆ, ਮੇਰਾ ਤਜਰਬਾ ਭੀੜ ਰੌਲਾ ਪਾਉਣ ਬਹੁਤ ਹੁੰਦਾ, ਗਵਾਹੀ ਦੇਣ ਵਾਲੇ ਕਿੱਧਰ ਜਾਣ ਵੇਲੇ ਕਿਸੇ ਲੈਣੀ ਆ, ਸਾਰੇ ਨੇ ਜਿਹੜੇ ਪਾਤੀ ਹੁਣ ਇਹ ਕਹਿੰਦੇ ਵੀ ਸੀਗੇ ਨਾਮ ਬਾਈ ਨੇਮ ਲਿਖਾਣੇ ਆ, ਤੁਸੀਂ ਬਾਈ ਨੇਮ ਲਿਖਾ ਦੋ, ਅਸੀਂ ਲਿਖਣ ਨੂੰ ਤਿਆਰ ਆ, ਸਮਝ ਲਓ ਆਪਾਂ ਇਹੀ ਕਹਿੰਦੇ ਆ, ਬਾਈ ਨੇਮ ਹੀ ਲਿਖਣ ਨੂੰ ਤਿਆਰ ਨੇਗੇ, 376 ABC ਕਹਿੰਦੇ ਆਪਾਂ, 376 ABC ਇਹਦੇ ਵਿੱਚ ਪੈ ਚੁੱਕੀ ਹੈ, ਸਮਝ ਲਓ ਜਦੋਂ ਆਪਾਂ ਇੱਕ ਸਾਰੀ ਮੈਨੇਜਮੈਂਟ ਲਿਖਾ ਦੀ, ਕੱਲ ਨੂੰ ਜੇ ਮੈਨੇਜਮੈਂਟ ਹੋਰ ਵੀ ਆ ਕੇ ਕੋਈ ਸਕੂਲ ਖੋਲਦੀ ਹੈ ਤਾਂ ਉਹਦੇ 'ਤੇ ਕਾਰਵਾਈ ਹੋ ਰਹੀ ਹੈ, ਤੁਸੀਂ ਇੰਨੀ ਕੁ ਗੱਲ ਸਮਝੋ, ਇੱਕ ਮਿੰਟ ਇਹ ਤੋਂ ਬਿਨਾਂ ਸਾਹਿਬ ਦਾ ਮੇਰੀ SSG ਸਾਹਿਬ ਨਾਲ ਗੱਲ ਹੋਈ ਆ, ਇਹਦੀ ਇਨਵੈਸਟੀਗੇਸ਼ਨ ਸਿੱਟ ਬਣਾਤੀ ਆ, ਉਹਦਾ SPD ਜਿਹੜਾ ਆ ਸਾਡਾ ਅੱਜ ਛੁੱਟੀ ਦੀ ਆ ਕੁਦਰਤੀ, ਕਿਉਂਕਿ ਇਲੈਕਸ਼ਨਾਂ ਕਰਕੇ ਸੀਗੇ, ਅਤੇ ਡਿਪਟੀ ਸਾਹਿਬ ਅਤੇ CA ਇੰਸਪੈਕਟਰ SHO 4 ਜਿਹੜੀ ਲੇਡੀਜ਼ ਜਿਹੜੀ ਇਹ 'ਚ ਜ਼ਰੂਰੀ ਹੁੰਦੀ ਆ, ਉਹ ਸਾਰੀ ਸਿੱਟ ਅਤੇ SSP ਖੁਦ ਉਹਦੀ ਸੁਪਰਵੀਜ਼ਨ ਕਰ ਦਾਂਗੇ, ਇਹਦੇ ਉੱਤੇ ਹੁਣ ਦੱਸੋ ਕਿਹੜੀ ਚੀਜ਼ ਰਹਿ ਗਈ, ਬਣ ਚੁੱਕੀ ਸਾਰਾ ਕੁਝ, ਅਸੀਂ ਤੁਹਾਨੂੰ ਸਿਰਫ ਆ ਕੇ ਬਾਰ ਬਾਰ ਇਹੀ ਚੀਜ਼ ਪੁੱਛਦੇ ਹਾਂ, ਜਿਹੜੀ ਚੀਜ਼ ਦੀ ਘਾਟ ਰਹਿ ਗਈ ਤੁਹਾਨੂੰ ਲੱਗਦਾ ਦੱਸ ਦਿਓ, ਅਸੀਂ ਉਹ ਵੀ ਕਰ ਦਿੰਦੇ ਹਾਂ, ਸਾਨੂੰ ਦੱਸੋ ਤਾਂ ਇਹ ਕਾਨੂੰਨੀ ਚੀਜ਼ ਆ ਰਹਿੰਦੀ ਆ, ਖਾਣਾ ਮੇਰੀ ਗੱਲ ਸੁਣੋ, ਇਹ ਉਰੇ ਆ ਕੇ ਤੁਸੀਂ ਤਕਰੀਬਨ 11:30 ਬੈਠੇ, 10 ਸਾਨੂੰ ਪਤਾ ਲੱਗਿਆ, 10:30 ਤੱਕ FIR ਕਰਕੇ ਬੰਦਾ ਜਿਹੜਾ ਸੀਗਾ ਰੇਡ ਮਾਰ ਕੇ ਬੰਦਾ ਚੱਕ ਲਿਆ, ਉਸ ਤੋਂ ਬਾਅਦ ਉਹਨੂੰ ਮਨਾਇਆ, ਫਿਰ ਕਹਿੰਦੇ ਜੀ ਮੈਨੇਜਮੈਂਟ ਆਹ ਦੇਖੋ ਆਹ ਫੋਰਸ ਖੜੀ ਹੈ, ਕਿੱਥੇ ਜਾਵੇ, ਕੰਮ ਕਰਨ ਤਾਂ ਦੋ ਨਾ ਤੁਸੀਂ, ਕਾਨੂੰਨ ਨੂੰ ਹੱਥ, ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲਓ, ਸਾਡੇ ਕੋਪਰੇਟ ਕਰੋ, ਅਸੀਂ ਸਾਰਾ ਕੁਝ ਕਰਾਂਗੇ, ਕੱਲ੍ਹ ਨੂੰ ਤੁਸੀਂ ਅੱਧਿਆਂ ਨੇ ਕਹਿਣਾ ਪੁਲਿਸ ਨੇ ਮੈਨੇਜਮੈਂਟ ਗਲਤ ਪਾ ਦਿੱਤੀ ਜੀ, ਦੂਜਾ ਪਾ ਦਾ, ਪਰ ਅਸੀਂ ਉਹ ਕਾਨੂੰਨੀ ਤੌਰ 'ਤੇ ਸਾਰਾ ਲੀਗਲੀ ਕਾਰਵਾਈ ਜਿਹੜੀ ਆ ਉਹ ਕਾਨੂੰਨ ਦੇ ਦਾਇਰੇ 'ਚ ਕਰਾਂਗੇ।
दूसरी गल अपने जी मैनेजमेंट है नाम नहीं लिखा इन्हों का कहना भी 161 नाम लिखवाने चाहते हो तो असं नाम लिखने जिन्ने नाम कहने ए तो लैके जड़ तक अभी सारे लिखने तैयार हाँ सर मैं गल कहना ਮੈਨੇਜਮੈਂਟ ਸਾਨੂੰ ਵੀ ਪਤਾ ਕੌਣ ਹੈ ਤੁਸੀਂ ਡੀਓ ਨੂੰ ਫੋਨ ਮਾਰੋ ਡੀਓ ਮੈਨੇਜਮੈਂਟ ਅਸੀਂ ਕਰ ਰਹੇ ਹਾਂ ਉਹ ਬੀਸੀ ਉਹੀ ਕਰ ਰਹੇ ਹਾਂ ਬੀਸੀ ਉਹ ਸਰ ਬੇਸਿਕਲੀ ਇਟਸ ਨਾਟ ਅ ਫੇਲਰ ਆਫ 1 ਪਰਸਨ ਕੋਈ ਇੱਕ ਬੰਦੇ ਦਾ ਫੇਲਰ ਨਹੀਂ ਹੈਗਾ ਨਾ ਸਰ ਇਹ ਹਾਲ ਤੱਕ ਕੁਝ ਨਹੀਂ ਹੋਇਆ ਮੈਨੇਜਮੈਂਟ ਹੈ ਉਹ ਪੂਰੀ ਪਈ ਹੈ ਉਹ ਪੂਰੀ ਪਈ ਹੈ ਵਿੱਚ ਉਹ ਹੁਣ ਇਹ ਆਪਾਂ ਨੂੰ ਵੀਰ ਜੀ ਕਹਿੰਦੇ ਨੇ ਨਹੀਂ ਨਹੀਂ ਇਹ ਸਾਨੂੰ ਕਹਿ ਰਹੇ ਨੇ ਵੀ ਆਹ ਵਸਤ ਨਹੀਂ ਪਾਇਆ ਅਸੀਂ ਸਾਰੇ ਮੈਨੇਜਮੈਂਟ ਵਿੱਚ ਬੰਦੇ ਸਾਹਿਬ संदीप सिंगला अपना प्रेस रिपोर्टर है उन्हें मैंने फोन किया कहना प्रधान जी 300 जी क्षेत्र ए भी है ये सजाए मौत है समझे यह 2018 समृद्धि ਹੋਗੇ ਤਾਂ ਅਸੀਂ ਕਰਾਂਗੇ ਸਭ ਕੁਛ ਹਾਂਜੀ ਇਹ ਤਾਂ ਕਹਿੰਦੇ 376 ਏ ਵੀ ਕੀਤੀ ਹੈ ਜੀ ਜੋ ਉਹਦੇ ਕੋਲ ਅਰੈਸਟ ਕਰਨਗੇ ਕੱਲ੍ਹ ਨੂੰ ਪੇਸ਼ ਕਰੋ ਕੱਲ੍ਹ ਤੱਕ ਪੇਸ਼ ਹੋ ਕੱਲ੍ਹ ਤੱਕ ਜਦੋਂ ਵੀ ਇਹਨਾਂ ਕੋਲ ਰਿਕਾਰਡ ਹੁੰਦਾ ਸਾਰੇ ਇਹੀ ਗੱਲ ਸਾਰੇ ਕਹਿੰਦੇ ਚੀਮਾ ਸਾਹਿਬ ਦੀ ਨਾਲ ਰਵਾ ਗਿਆ ਨੰਬਰ ਵੀ ਅਸੀਂ ਦਈਏ ਆਪਾਂ ਕਹੀ ਚਲੀ ਆਪ ਹੀ ਕਹੀ ਚਲੀ ਕੀ ਆਪ ਨੂੰ ਇਹਨਾਂ ਬੰਦਿਆਂ ਨੂੰ ਸਾਨੂੰ ਪੁਕਾਰਾ ਪਰ ਪੂਰੇ ਲਈ ਪਬਲਿਕ ਨੂੰ ਲੱਗ ਕੇ ਆਪਾਂ ਇੱਕ ਵਾਰ ਮੇਰੀ ਇੱਕ ਗੱਲ ਸੁਣ ਲੈ ਤੁਸੀਂ ਐ ਕਰੋ ਤੁਸੀਂ ਪਿੱਛੇ ਆਣ ਤੋਂ ਕਰ ਬਈ ਅਸੀਂ ਆਪੀ ਕਰਦੇ ਆਪ ਹੀ ਕਰਦੇ ਆ ਅਸੀਂ ਕਰ ਸਾਨੂੰ ਜੋੜੀ ਨਹੀਂ ਪੈਣੀ ਸਾਨੂੰ ਇਹੋ ਪਰ ਸਾਨੂੰ ਮਾਫਾ ਅਸੀਂ ਕਰ ਬਈ ਆਪਣੀ ਗੱਲ ਨਾਲੇ ਭੈਣ ਚੋ ਦਿਓ ਨਾਲੇ ਦਿਓ ਭੈਣ ਚੋ ਬਣ ਗਏ ਇੱਕ ਮਿੰਟ ਲੱਗ ਜਾਣ ਗਏ ਇੱਕ ਮਿੰਟ ਜਾਣ ਗਏ ਤੇ ਉਹ ਚੱਲ ਗਏ ਸਕੂਲ ਦੇ ਅਫੀਲੇਸ਼ਨ ਆ
ਅਸੀਂ ਤਾਂ ਨਹੀਂ ਮੋੜ ਸੁਣਨਾ, ਅਸੀਂ ਪਬਲਿਕ ਨਾ ਖੜੇ ਆਪਣੇ।
ਅੰਦਰ ਤੁਸੀਂ ਖੁਰਮੀ ਸਾਹਿਬ ਬਾਹਰਲੀ ਕਮੇਟੀ ਜਾਣਦਾ ਜਿਹੜਾ ਬੰਦਾ ਜ਼ਮੀਰ ਤੋੜ ਕੇ ਸੱਚ ਬੋਲਦਾ ਨਾ ਉਹਨੂੰ ਸਾਲੇ ਇਹ ਮੂਹਰੇ ਨੀ ਲੈਣ ਦਿੰਦੇ। ਮੈਂ ਨਿੱਕੇ ਦੇ ਦਿਨਾਂ ਬਾਅਦ ਬਚਣ ਬੰਦਾ ਉਹਨੂੰ ਕਹਿੰਦੇ ਵੀ ਸਾਲ ਨੂੰ ਇਹਨੂੰ ਇਹਨੂੰ ਸਾਲੇ ਨੂੰ ਪਰੇ ਕਰੋ। ਉਹ ਇੱਥੇ ਗੱਲ ਕਰਦਾ ਨਹੀਂ ਕਿਸੇ ਤੋਂ, ਹੁਣ ਇਹਨੂੰ ਪਰੇ ਕਰਦਾ ਨਹੀਂ ਕਿਸੇ ਤੋਂ। ਇਹ ਛੱਡੋ, ਹੁਣ ਮੈਂ ਪੁੱਛੋ ਡੀਓ ਗਲਵਾ ਰਿਆ ਇਹਦੇ ਦੇਖੋ, ਇਹ ਤਾਂ ਸਾਹਿਬ ਪੁੱਛਣਗੇ ਜੀ ਐਸਪੀ ਸਾਹਿਬ ਕਰਦਾ ਫੋਨ ਉਹ ਐਸਐਸਪੀ ਸਾਹਿਬ ਨਹੀਂ ਆਉਂਦਾ ਸਾਹਿਬ ਜੀ ਸਾਨੂੰ ਪਤਾ ਹੈ ਸਾਹਿਬ ਜੀ ਸਾਨੂੰ ਕੋਲ ਨਹੀਂ ਆਉਂਦਾ ਉਹਨੂੰ ਇੱਥੇ ਕੋਲ ਨਹੀਂ ਆਉਂਦਾ ਜਿਹੜਾ ਸਟੇਜ ਆਹੋ ਸਟੇਜ ਸਾਹਮਣੇ ਦੱਸ ਕੇ ਪੋਰੀ ਆਪਣਾ ਸਮਾਂ ਵੀ ਦੱਸੋ ਜੀ ਸਾਰਾ ਸਟੇਜ ਆਪਣੇ ਵੀ ਬਹਿ ਜਾਂਦਾ ਤੇ ਫੇਰ ਇਹ ਕੀ ਗੱਲ ਹੈ ਤੁਹਾਨੂੰ ਐਸੇ ਮਰਡਰ ਕਰਕੇ ਆ ਜਾਂਗੇ ਸਾਨੂੰ ਰੋਕ ਨਾ ਰੋਕ ਕਰ ਲਿਓ ਹਰ ਸਿੰਘ ਕਮਾਲ ਸੱਜਾ ਛੁੱਟੀ ਹੈ ਕਮਾਲ ਦੀ ਗੱਲ ਹੈ ਜੀ ਮੇਰੀ ਗੱਲ ਨਾਲ ਜੇ ਇਹਨਾਂ ਨੇ ਆਪਦੇ ਜਿੱਥੇ ਮਰਜ਼ੀ ਖੜਾ ਲੋ ਜੀ ਅਸੀਂ ਖੜੇ ਸਰਕਾਰ ਦਾ ਯਾਰ ਕੋਈ ਮੰਤਰੀ ਆਉਂਦਾ ਇਹਨਾਂ ਦੀ ਪਹੁੰਚ ਆਏ ਨੇ ਕਿ ਵੀ ਜ਼ੀਰੋ ਹੈ। ਮੈਂ ਮੇਰੇ ਤੋਂ ਪੁੱਛ ਲਓ ਕਿਉਂਕਿ ਮੈਂ ਬਹੁਤ ਵਾਰੀ ਗਿਆ ਸਿਰੇ ਹੁੰਦੇ ਨੇ
Thank you.
अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना।